ਸਾਹਿਬ ਆ ਰਿਹਾ ਆਪਸ ਨਾ ਦੋ ਇੱਕ ਲੜਕੀ ਦੇਖੋ ਜੀ ਮਾਂ ਮਾਵਾਂ ਦੀਆਂ ਇੱਕ ਆਦਮੀ ਨੂੰ ਕੱਢਣ ਡਈਆਂ ਜੀ ਉਹ ਆਦਮੀ ਇਹਨਾਂ ਨੂੰ ਕੁੱਟਦਾ ਸੀਗਾ ਕੋਈ ਛਡਾਉਂਦਾ ਨਹੀਂ ਸੀ ਮੈਂ ਕਿਹਾ ਚੱਲ ਬਾਹਰ ਜਾ ਕੇ ਵੀ ਬੰਦਾ ਕੁੱਟ ਰਿਹਾ ਜਨਾਨੀ ਨੂੰ ਉਹ ਜਿਹੜੀ ਸੀ ਮਾਵਾਂ ਦੀਆਂ ਉਹਨਾਂ ਨੇ ਦੱਸਿਆ ਵੀ ਇਹ ਸਾਡਾ ਪਤੀ ਆ ਅਤੇ ਸਾਡਾ ਪਿਤਾ ਆ ਜਿਹਨੂੰ ਅਸੀਂ ਕੁੱਟ ਨਹੀਂ ਆਏ ਹਾਂ ਸਾਨੂੰ ਕੁੱਟ ਰਿਹਾ ਇਹਨਾਂ ਨੇ ਗੱਡੀ ਰੱਖੀ ਆ ਕੋਈ ਸਾਨੂੰ ਦੇਖਦੇ ਨੂੰ ਇੱਥੇ ਇੱਕ ਘੰਟਾ ਹੋ ਗਿਆ ਹਾਲੇ ਤੱਕ ਆਪਣੇ ਕੋਲ ਅਵੇਲੇਬਲ ਹੈਗੀ ਆ ਨਹੀਂ ਆ ਤੂੰ ਪੁਲਿਸ ਆ ਰਹੇ ਆ ਪਹੁੰਚ ਗਏ ਆ ਅਤੇ ਕਿੱਧਰੋਂ ਆਉਣਾ ਉਹਨਾਂ ਨੇ ਰਾਮਾ ਮੰਡੀ ਸੂਰਿਆ ਨੂੰ ਦਸ ਮਿੰਟ ਦਾ ਰਸਤਾ ਲੇਕਿਨ ਇੱਕ ਘੰਟਾ ਹੋ ਗਿਆ ਹਾਲੇ ਤੱਕ ਨਹੀਂ ਕੋਈ नमस्कार सच्ची खबर के नाल तुसी देख रहे हो तुहाडा अपना चैनल स्मार्ट इंडिया शर्मशार करन देने वाला एक मामला रामा मंडी तो सामने आया जिस दे विच सुनन दे विच आ रहा है कि आपस दे विच लड़ाई हुई अते महिला दे कपड़े भी फट गए असीं तुहानू दस दिए कि पूरा मामला की है इस टाइम असीं जलंधर दे रामा मंडी चौंक दे विच आके खड़े गुरु नानक मैडिकल हाल दे बाहर जिथे एक कहा जा रहा है कि दो मावां तीआं इत्थे जिहड़ी कि इत्थे पहुंचियां होईआं सी अते एक पुलिस मुलाजम जिहदी कि आ स्कूटरी असीं तुहानू दिखा रहे हां कि जिहड़ा कि पुलिस मुलाजम पी ए पी तो लटैर हैगा उन्हां वल्लों अपनी गर्लफ्रेंड नूं इत्थे सब्जी दिलाई जा रही सी जिहदे मौके ते पहुँच के उन्हां दी कुड़ी ने उन्हां नूं देख लिया अपने जद प्यो नूं आशकी करदे देखिया ते उह भड़क गए आपस दे विच बोल बुलाया कुछ इन्ना ज़्यादा हो गया कि जिस नूं लै के हत्थों पाई हुई और एक दूसरे के कपड़े भी फट गए ते असीं मौके ते इत्थे पहुँचे आ मामला 4:30 बजे तक था लेकिन मौके ते पुलिस नहीं पहुँची काफ़ी देर बाद जिहड़ा कि 5 बजे इत्थे पुलिस पहुँची आ असीं तुसीं देख रहे हो इस टाइम 6 बजन लगे आ लेकिन बड़ी शर्म की गल आ कि रामा मंडी पुलिस को जिहड़ी कि लेडीज़ पुलिस नहीं आ हले तक इत्थे बार बार कॉल की जा रही है हले तक इत्थे लेडीज़ पुलिस नहीं पहुँची तो इस बारे आप जानकारी लवेंगे पूछेंगे कि सर जिहड़ा लेडीज़ पुलिस आ हले तक क्यों नहीं आई तुसीं देख रहे हो मौके ते जिहड़ी कि PCR की गड्डी इत्थे आ चुकी आ अते ਉਹ ਵੀ ਕਾਫੀ ਲੇਟ ਇੱਥੇ ਪਹੁੰਚਿਆ ਤੇ ਅਸੀਂ ਉਹਨਾਂ ਤੋਂ ਗੱਲਬਾਤ ਕਰਦੇ ਆ ਕਿ ਥਾਣਾ ਜਿਹੜਾ ਰਾਮਾ ਮੰਡੀ ਦੇ ਵਿੱਚ ਲੇਡੀਜ਼ ਪੁਲਿਸ ਕਿਉਂ ਨਹੀਂ ਆ 6 ਵਜੇ ਨੂੰ ਆ ਗਿਆ ਹਲੇ ਤੱਕ ਲੇਡੀਜ਼ ਪੁਲਿਸ ਨਹੀਂ ਆਈ ਤੁਸੀਂ ਦੇਖ ਰਹੇ ਹੋ ਮੁਲਾਜ਼ਮ ਜਿਹੜੇ ਫੋਨ ਤੇ ਗੱਲ ਕਰਦੇ ਪਏ ਔਰ ਵਾਰ-ਵਾਰ ਲੇਡੀਜ਼ ਪੁਲਿਸ ਨੂੰ ਬੁਲਾਇਆ ਜਾ ਰਿਹਾ ਲੇਕਿਨ ਤਕਰੀਬਨ 1 ਘੰਟਾ ਹੋ ਗਿਆ ਹਲੇ ਤੱਕ ਕੋਈ ਵੀ ਜਿਹੜਾ ਲੇਡੀਜ਼ ਪੁਲਿਸ ਆ ਇੱਥੇ ਨਹੀਂ ਪਹੁੰਚੇ ਔਰ ਤੁਹਾਨੂੰ ਦੱਸ ਦਈਏ ਕਿ PCR ਵੀ ਕਾਫੀ ਲੇਟ ਪਹੁੰਚਿਆ ਕਾਫੀ ਦੇਰ ਫੋਨ ਕਰਨ ਤੋਂ ਬਾਅਦ ਜਿਹੜਾ ਇੱਥੇ ਪਹੁੰਚਿਆ ਗਿਆ ਤੇ ਅਸੀਂ ਇਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਹਾਂਜੀ ਦੱਸੋ ਸਰ ਇੱਥੇ ਕੀ ਮਾਮਲਾ ਹੋਇਆ ਅਜੇ ਤਾਂ ਅਸੀਂ ਆਪ ਹੀ ਆਏ ਹਾਂ ਪਤਾ ਨਹੀਂ ਲੱਗਾ ਸਰ ਜਿਹੜੀ ਲੜਾਈ ਝਗੜਾ ਹੋਇਆ 4:30 ਵਜੇ ਤੱਕ ਹੋਇਆ ਆਪਾਂ ਇੰਨੀ ਲੇਟ ਜੋ ਸਾਨੂੰ ਮੈਸੇਜ ਹੀ ਹੁਣ ਮਿਲਿਆ ਤਦੋਂ ਹੀ ਆਉਣਾ ਸੀ ਅੱਛਾ ਤੁਹਾਨੂੰ ਮੈਸੇਜ ਹੁਣੀ ਮਿਲਿਆ ਤੇ ਸਰ ਮੌਕੇ ਤੇ ਲੇਡੀਜ਼ ਪੁਲਿਸ ਹਲੇ ਤੱਕ ਨਹੀਂ ਪਹੁੰਚੀ ਤਕਰੀਬਨ 1 ਘੰਟਾ ਹੋ ਗਿਆ ਆ ਰਹੀ ਆ ਤੇ ਸਰ ਥਾਣੇ 'ਚ ਲੇਡੀਜ਼ ਪੁਲਿਸ ਅਵੇਲੇਬਲ ਨਹੀਂ ਆ ਹੁੰਦੀਆਂ ਨੋਟ ਕਰਾਇਆ ਆ ਜਾਂਦੀ ਆ ਤੇ ਕਿੱਧਰੋਂ ਆ ਰਹੇ ਆ ਸਰ ਕਿਹੜੇ ਥਾਣੇ ਤੋਂ ਰਾਮਾ ਮੰਡੀ ਠੀਕ ਹੈ ਜੀ ਤੁਸੀਂ ਦੇਖਿਆ ਕਿ ਇਸ ਟਾਈਮ ਸਾਡੇ ਨਾਲ ਥਾਣੇ ਦੇ ਜਿਹੜੇ PCR ਦੀ ਟੀਮ ਸੀਗੀ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਆ ਤਾਂ ਉਹਨਾਂ ਨੇ ਦੱਸਿਆ ਕਿ ਸਾਨੂੰ ਜਿਹੜਾ ਇਤਲਾਈ ਹੁਣੀ ਕੀਤੀ ਆ ਸਾਨੂੰ ਹੁਣੀ ਪਤਾ ਲੱਗਾ ਤਾਂ ਅਸੀਂ ਹੁਣੀ ਪਹੁੰਚੇ ਆ ਮਾਮਲਾ ਸਾਨੂੰ ਨਹੀਂ ਪਤਾ ਕੀ ਆ ਅਤੇ ਬਾਕੀ ਲੇਡੀਜ਼ ਪੁਲਿਸ ਵੀ ਪਹੁੰਚਦੀ ਪਈ ਆ ਉਹਨਾਂ ਨੂੰ ਦੇਰੀ ਲੱਗਦੀ ਆ ਥਾਣਾ ਜਿਹੜਾ ਰਾਮਾ ਮੰਡੀ ਸੂਰਿਆ ਇਨਕਲੇਵ ਤੋਂ ਲੇਡੀਜ਼ ਪੁਲਿਸ ਨੇ ਪਹੁੰਚਣਾ ਲੇਕਿਨ ਤਕਰੀਬਨ ਅਸੀਂ ਦੱਸ ਦਈਏ 1 ਘੰਟਾ ਹੋ ਗਿਆ ਹਲੇ ਤੱਕ ਕੋਈ ਵੀ ਇੱਥੇ ਨਹੀਂ ਪਹੁੰਚਿਆ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਤੁਹਾਡੇ ਆਪਣੇ ਚੈਨਲ 'ਤੇ ਲਾਈਵ ਤਸਵੀਰਾਂ ਦੇ ਵਿੱਚ ਮੈਂ ਨਾ ਆਪਣੀ ਦੁਕਾਨ 'ਤੇ ਕੰਮ ਕਰ ਰਿਹਾ ਸੀ ਅਤੇ ਮੈਂ ਬਾਅਦ ਦੇਖਿਆ ਬਾਹਰ ਰੌਲਾ ਪੈ ਰਿਹਾ ਦੁਕਾਨ ਕਿਹੜੀ ਹੈ ਤੁਹਾਡੀ ਮੇਰੀ ਦਵਾਈਆਂ ਦੁਕਾਨ ਆ ਗੁਰੂ ਨਾਨਕ ਮੈਡੀਕਲ ਹਾਂ ਅੱਛਾ ਜੀ ਅਤੇ ਮੈਂ ਦੇਖਿਆ ਬਾਹਰ ਰੌਲਾ ਪੈ ਰਿਹਾ ਆਪਸ ਨਾ ਦੋ ਇੱਕ ਲੜਕੀ ਦੇਖੋ ਜੀ ਮਾਂ ਮਾਵਾਂ ਦੀਆਂ ਇੱਕ ਆਦਮੀ ਨੂੰ ਕੱਢਣ ਡਈਆਂ ਸੀ ਉਹ ਆਦਮੀ ਇਹਨਾਂ ਨੂੰ ਕੁੱਟਦਾ ਸੀਗਾ ਕੋਈ ਛਡਾਉਂਦਾ ਨਹੀਂ ਸੀ ਮੈਂ ਕਿਹਾ ਚੱਲ ਬਾਹਰ ਜਾ ਕੇ ਵੀ ਬੰਦਾ ਕੁੱਟ ਰਿਹਾ ਜਨਾਨੀ ਨੂੰ ਜਨਾਨੀ ਉਹਨੂੰ ਗੁੱਤੀਆਂ ਮਾਰ ਰਹੀ ਹੈ ਜਾ ਕੇ ਛਡਾ ਦੀਏ ਮੈਂ ਛਡਾ ਦਿੱਤਾ ਉਹਨਾਂ ਨੂੰ ਇੱਕ ਨਾਲ ਹੋਰ ਲੜਕੀ ਸੀ ਇੱਧਰੋਂ ਦਵਾਈ ਲੈ ਕੇ ਸਬਜ਼ੀ ਫੂਡ ਲੈ ਕੇ ਨਿਕਲੀ ਇੱਥੋਂ ਉਹਦੇ ਵੀ ਉਹਨੂੰ ਵੀ ਐਂ ਖਿੱਚਾ ਧੋਈ ਕੀਤੀ ਉਹਦੇ ਕੱਪੜੇ ਫੜ ਗਏ ਪਿੱਛੋਂ ਹੁਣ ਮੈਂ ਕਿਹਾ ਬੇਟਾ ਤੂੰ ਅੰਦਰ ਚੱਲ ਜਾ ਤੂੰ ਅੰਦਰ ਚੱਲ ਜਾ ਅਤੇ ਮੈਂ ਇਹਨੂੰ ਕੋਈ ਕੱਪੜਾ ਦੇ ਦੋ ਚੰਗਾ ਵੀ ਆਪਣੀ ਸ਼ਰਟ ਹੋਰ ਬਦਲ ਲੈ ਹੈ ਜੀ ਉਹ ਜਿਹੜੀ ਸੀ ਮਾਵਾਂ ਧੀਆਂ ਉਹਨਾਂ
ਨੂੰ ਦੱਸਿਆ ਵੀ ਇਹ ਸਾਡਾ ਪਤੀ ਆ ਤੇ ਸਾਡਾ ਪਿਤਾ ਆ ਜਿਹਨੂੰ ਅਸੀਂ ਕੁੱਟ ਨਹੀਂ ਆਏ ਆ, ਸਾਨੂੰ ਕੁੱਟ ਆਇਆ ਜਿਹਨਾਂ ਨੇ ਸ਼ਹੀਦੀ ਰੱਖੀ ਆ ਕੋਈ। ਉਸ ਤੋਂ ਬਾਅਦ ਉਹ ਫਿਰ ਬੰਦੇ ਨੂੰ ਛੁਡਾ ਵੀ ਦਿੱਤਾ, ਉਹ ਚਲੋ ਵਿਚਾਰਾ ਚਲ ਗਿਆ, ਉਹ ਵੀ ਚਲ ਗਿਆ ਅਤੇ ਮਾਵਾਂ ਜੀ ਹੁਣ ਇੱਥੇ ਬੈਠੀਆਂ। ਹੁਣ ਪੁਲਿਸ ਆਈ ਆ, ਦੇਖੋ ਪੁਲਿਸ ਅਗਲੀ ਕਾਰਵਾਈ ਕੀ। ਜਿਹਨਾਂ ਦੇ ਕੱਪੜੇ ਫਟੇ ਉਹ ਕੌਣ ਸੀਗੇ? ਜਿਹਨਾਂ ਦੇ ਕੱਪੜੇ ਫਟੇ ਆ ਉਹ ਅੰਦਰ ਬੈਠੀ ਆ ਚਾਦਰ ਲੈ ਕੇ ਵਿਚਾਰੀ। ਕੌਣ ਸੀਗੇ? ਅੰਕਲ ਜੀ ਪੀਏ ਪੀਏ ਮੁਲਾਜ਼ਮ ਆ ਜਿਹੜੇ ਜਿਹਨਾਂ ਨੇ ਗਾ ਕੀਤਾ ਸੇਵਾ ਹੋਈ ਜਿਹਨਾਂ ਦੀ ਥੋੜੀ ਸੈਨਿਕ ਵਿਹਾਰ ਦੇ ਜਿਹੜੇ ਸੀਗੇ ਕੌਣ ਸੀਗੇ ਤੁਹਾਡੇ ਫਾਦਰ ਤੇ ਕੀ ਗੱਲਬਾਤ ਹੋਈ ਸੀ? ਕੁਛ ਨਹੀਂ, ਲੜੀ ਨਾਲ ਕਾਫੀ ਟਾਈਮ ਤੋਂ ਰਿਲੇਸ਼ਨ ਸੀਗੇ। ਕੋਈ ਸੁਣਾ ਜੀ ਪੀਏ ਨਾ ਪਤਾ ਜੀ ਇਹਨਾਂ ਦੇ ਕੀ ਹੈ? ਰਜਨੀ ਵਾਲਾ ਹੈ। ਕਿੱਥੇ ਰਹਿੰਦੀ ਹੈ? ਇਹ ਪੀਏ ਪੀ ਰਹਿੰਦੀ ਆ। ਇਹ ਮੁਲਾਜ਼ਮ ਹੈ? ਮੁਲਾਜ਼ਮ ਦੀ ਵਾਈਫ ਆ ਸੰਬੰਧੀ ਡੈਥ ਹੋਈ ਹੈ। ਹਸਬੰਡ ਦਾ ਕੀ ਨਾਮ ਹੈ? ਪਤਾ ਜੀ ਕਰਮਜੀਤ ਸਿੰਘ। ਹਾਂਜੀ ਕਰਮਜੀਤ ਸਿੰਘ। ਤੇ ਤੁਹਾਡੇ ਫਾਦਰ ਸਾਹਿਬ ਜਿਹੜੇ ਉਹ ਮਨਜੀਤ ਸਿੰਘ ਦਾ ਰਿਟਾਇਰ ਹੋਏ ਐ ਐਸ ਆਈ ਪੀ ਏ ਪੀ ਚੋਂ। ਹਾਂਜੀ ਠੀਕ ਆ ਜੀ। ਤੇ ਹੁਣ ਕੀ ਗੱਲਬਾਤ ਹੋਈ ਸੀ? ਹੁਣ ਇਹ ਕਹਿ ਰਹੇ ਸੀਗੇ ਇਹਨਾਂ ਨੇ ਸਾਡੇ ਕੇਸ ਕੀਤਾ ਆ ਕਿ ਚਲੋ ਹੁਣ ਵਾਈਫ ਨੂੰ ਸ਼ੱਕ ਤਾਂ ਹੁੰਦਾ ਹੀ ਆ। ਹਾਂਜੀ ਹਨਾ, ਇਹ ਕਹਿੰਦੀ ਆ ਨਜਾਇਜ਼ ਨਜਾਇਜ਼ ਰਿਸ਼ਤਾ ਬਣਾਉਂਦੇ ਆ ਤੇ ਸਾਡੇ ਕੇਸ ਘੱਟਾ ਮਾਰਨਾ ਨਹੀਂ ਰਹਾ। ਆਪ ਸੱਚੀ ਸੁੱਤੀ ਵੀ ਬਣਦੀ ਆ ਹਨਾ, ਇਹ ਕੇਸ ਸਾਡੇ ਤੇ ਕਰਤਾ 5 ਲੱਖ ਦਾ, ਪ੍ਰੂਫ ਕਰਨ ਦਾ ਸਾਡਾ ਰਿਲੇਸ਼ਨ ਨਹੀਂ ਹੈਗਾ। ਆਹ ਹੁਣ ਸ਼ਰੰਗੀਆ ਤੋਂ ਫੜਿਆ ਨਹੀਂ ਮੈਂ। ਇਹਨਾਂ ਦਾ ਰਿਲੇਸ਼ਨ ਤੁਹਾਡੇ ਨਾਲ ਜੇ ਪਹਿਲਾਂ ਤਾਂ ਹੀ ਆ? ਇਹਨਾਂ ਨਾਲ ਪਹਿਲਾਂ ਵੀ ਆ? ਪਹਿਲਾਂ ਤਾਂ ਤੁਹਾਨੂੰ ਪਤਾ ਸੀਗਾ? ਸਾਨੂੰ ਸ਼ੱਕ ਜ਼ਰੂਰ ਸੀਗਾ। ਅੱਜ ਤੁਸੀਂ ਕਿੱਥੇ ਫੜਿਆ ਇਹਨਾਂ ਨੂੰ? ਹਾਂ ਸਬਜ਼ੀ ਮੰਡੀ ਗੁਰੂ ਨਾਨਕ ਮਿਸ਼ਨ ਸਟੋਰ ਦੇ ਨਾਲ ਸਬਜ਼ੀ ਮੰਡੀ ਅੱਜ ਰੰਗਿਆ। ਅੱਜ ਤੁਸੀਂ ਰੰਗੇ ਆ ਤੇ ਇਹਨਾਂ ਨੂੰ ਫੜ ਲਿਆ ਤੇ ਜਦ ਇਹਨਾਂ ਨੂੰ ਫੜਿਆ ਤੇ ਕੀ ਗਿਆ ਇਹਨਾਂ ਨੂੰ? ਇਹ ਮੇਰੇ ਤੋਂ ਸਕੂਲੀ ਚੜਾਉਂਦੀ ਪਈ ਸੀਗੀ, ਮੈਂ ਕਿ ਮੂੰਹ ਤੇ ਨੰਗਾ ਕਰ, ਮੈਂ ਕਿ ਸਬਜ਼ੀ ਹਾਂ ਲੇਕਿਨ ਸਰ ਮੇਰੀ ਚੱਪਲਾਂ ਘਸੀਆਂ ਤੇ ਉਹ ਜਿਹੜੇ ਨੂੰ ਦੇਖੋ ਸਬਜ਼ੀਆਂ ਦੇ ਮੈਨੂੰ ਲੈ ਕੇ ਚੱਲਿਆ ਪਿਆ। ਤੇ ਸਬਜ਼ੀ ਤੁਹਾਡੇ ਜਿਹੜੇ ਫਾਦਰ ਸਾਹਿਬ ਆ ਉਹ ਲੈ ਕੇ ਦੇ ਰਹੇ ਸੀ? ਉਹ ਕਿੱਥੇ ਗਏ ਹੁਣ ਇਸ ਟਾਈਮ? ਤੁਹਾਡਾ ਘਰ ਕਿਹੜੀ ਜਗ੍ਹਾ? ਉਹਨਾਂ ਨੇ ਤੁਹਾਡੇ ਤੇ ਹੱਥ ਉੱਚ ਚੱਕਿਆ? ਹਾਂਜੀ ਡੈਡੀ ਨੇ ਮੇਰੇ ਤੇ ਚੱਕਿਆ ਹੱਥ ਕਿਉਂਕਿ ਮੈਂ ਸਕੂਟਰ ਰੋਕੀ ਸੀਗੀ। ਮੈਂ ਕਿਹਾ ਮੂੰਹ ਨੰਗਾ ਕਰ, ਮੈਂ ਕਿਹਾ ਤੈਨੂੰ ਕੁਛ ਨਹੀਂ ਕਹਿੰਦੀ ਮੂੰਹ ਨੰਗਾ। ਡੈਡੀ ਜਦ ਮੇਰੇ ਵਾਲ ਫੱਟੇ ਸਾਰੀ ਦੁਨੀਆ ਨੇ ਦੇਖਿਆ, ਇੱਥੇ ਵਾਲ ਫੱਟੇ, ਮੈਂ ਟਿੱਡ ਚੁੱਕ ਕੇ ਵਾਲ, ਮੈਂ ਹਾਲ ਤੱਕ ਕਹਿ ਨਹੀਂ ਸੀ ਪਈ ਆ। ਤੁਹਾਡੇ ਫਾਦਰ ਸਾਹਿਬ ਨੇ ਤੁਹਾਡੇ ਦੇਰ 'ਚ ਮੁੱਕੇ ਮਾਰੇ? ਹਾਂਜੀ ਕਿਹਾ ਭੱਜ ਜਵੇ ਮੇਰਾ ਮੂੰਹ ਨੰਗਾ ਕਰ, ਕਿਹਾ ਭੱਜ ਜਵੇ ਪਰ ਮੈਂ ਜੋ ਮਰਜ਼ੀ ਪੁੱਟ ਖਾ ਲਈ ਮੈਂ ਉਹ ਭੱਜਣ ਨਹੀਂ ਦਿੱਤੀ। ਮੈਂ ਨਾਮ ਨੂੰ ਸਾਫ ਕਰ ਦਿੱਤੀ ਸਾਰ। ਤੁਸੀਂ ਕਿੱਥੇ ਰਹਿੰਦੇ ਹੋ? ਅਸੀਂ ਚਲੰਦਰੀ ਰਹਿੰਦੇ ਹਾਂ। ਲੜਾਈ ਝਗੜੇ ਦੇ ਸੁਣਨ 'ਚ ਆ ਰਿਹਾ ਕਿ ਕਿਸੇ ਦੇ ਕੱਪੜੇ ਵੀ ਫਟੇ ਆ ਲੇਡੀ ਸੀ? ਹਾਂਜੀ ਉਹ ਰੱਖਣ ਲੱਗੀ ਸੀਗੀ, ਰੱਖਣ ਲੱਗੀ ਸੀ ਸਕੂਟਰੀ ਲੈ ਕੇ, ਰੱਖਣ ਲੱਗੀ ਸੀਗੀ ਸਕੂਟਰੀ ਮੇਰੇ ਕਬਜ਼ੇ ਆਈ ਕਿਹੜੇ ਕਮੀਜ਼ ਦੀ, ਕਿਉਂਕਿ ਇੱਕ ਸਕੂਟਰੀ ਵੀ ਰੇਸ ਦੇਣੀ ਆ ਤੇ ਉਹ ਨਹੀਂ ਕਰ ਹੋਣੀ, ਉਹ ਮੇਰੇ ਉੱਪਰ ਚੜ ਜਾਣੀ ਸੀ ਜੇ ਰੇਸ ਦਿੰਦੀ, ਤੁਹਾਨੂੰ ਵੀ ਲਿਆ ਕੇ ਉਹਨੇ ਕਾਬੂ ਕਰਨਾ ਸੀ, ਸਕੂਟਰੀ ਨਹੀਂ ਸੀ ਕਾਬੂ ਹੁੰਦੀ, ਇਹ ਮੇਰੇ ਉੱਪਰ ਚੜਾ ਰਹੀ ਸੀ ਸਕੂਟਰੀ ਮੈਨੂੰ ਜਾਨੋਂ ਮਾਰ ਰਹੀ ਹੈ। ਤੁਹਾਡੀ ਸੈਨਿਕ ਵੀ ਆ ਰਹੇ ਜਾਮਾ ਮੰਡੀ ਸੈਨਿਕ ਵੀ ਆ ਰਹੇ ਜੀ, ਤੁਹਾਡਾ ਕੀ ਹਾਲ ਹੈ? ਜਦ ਸਕੂਟਰੀ ਤੋਂ ਜਾਣ ਲੱਗੇ ਤੁਸੀਂ ਪਿੱਛੋਂ ਫੜਿਆ ਤਾਂ ਉਹਨਾਂ ਦੇ ਜਿਹੜੇ ਕੱਪੜੇ ਸਕੂਟਰੀ ਦੇ ਮੋਹਰੇ ਖੜੀ ਹੋਈ ਸੀ ਕਿ ਨਹੀਂ ਜਾਣਾ, ਮੈਂ ਮੇਰੇ ਬੇਟੇ ਦੇ ਸਕੂਟਰੀ ਖੜਾ ਲੱਗੀ ਸੀ, ਮੈਂ ਪਿੱਛੋਂ ਫੜਨ ਲੱਗੀ ਸੀ, ਠੀਕ ਆ ਸਕੂਟਰੀ ਮੇਰੀ ਫੜੀ ਹੋਈ, ਮੇਰੇ ਇਹਦੇ ਕਮੀਜ਼ ਨੂੰ ਹੱਥ ਤੇ ਕਮੀਜ਼ ਨੂੰ ਹੱਥ ਬੈਂਡ ਕਰਕੇ ਇਹਦੀ ਕਮੀਜ਼ ਫੜ ਲਈ। ਕਿੰਨੇ ਚਿਰ ਤੋਂ ਤੁਹਾਡੇ ਹਸਬੰਡ ਦੇ ਜਿਹੜੇ ਇਹਨਾਂ ਰਿਲੇਸ਼ਨ ਹੈਗੇ? ਕੋਈ ਕੰਪਲੇਂਟ ਵਗੈਰਾ ਨਹੀਂ ਕੀਤੀ ਸੀ? ਸੂਟ ਕੇਸ ਕਿਸ ਸਰ ਸਰਪੰਚ ਜੀ ਕਿਹਦਾ ਆ ਸੀਗਾ ਇਸੇ ਸਿਲਸਿਲੇ ਨੂੰ ਲੈ ਕੇ? ਮਾਸ਼ਾ ਜੀ ਕਿਹਦਾ ਹੁੰਦਾ ਨਾ ਰਿਲੇਸ਼ਨ ਆ, ਚੜਾ ਦੂੰਗਾ ਤੇ ਜੁੱਤੀ ਨੇ ਚਕਾ ਦੂੰਗਾ, ਮੈਂ ਤੇਰੇ ਪੁੱਤ ਨੂੰ ਮਰਵਾ ਦੂੰਗਾ, ਪਾਣੀ ਚ ਕਰਵਾ ਦੂੰਗਾ, ਕਿ ਸਾਰੇ ਮੁੰਡੇ ਹੈਗੀਆਂ ਕੰਦਾ ਬਣਵਾਉਣੀ ਆ, ਮੇਰਾ ਹਸਬੰਦ ਵੀ ਕਹਿੰਦਾ ਸੀ ਇਹ ਵੀ ਕਹਿੰਦੀ ਹੁੰਦੀ ਸੀ ਮੇਰੀ ਧੀ ਨੂੰ ਰੰਡੀ ਕਰਕੇ ਤੇ ਰੰਡੀ ਹੋ ਜਾਵੇ, ਜੇ ਹੋ ਜਾਵੇ ਮੇਰੇ ਤੋਂ ਪਹਿਲੀ ਹੈ, ਮੈਨੂੰ ਇੰਨੀਆਂ ਗੰਦੀਆਂ ਗਾਲਾਂ ਕੱਢ ਰਹੀ ਆ, ਜੇ ਤੇਰਾ ਨਾ ਸੀ ਇੰਨੇ ਵੀ ਖੋਲ ਦੇ ਦੀ ਡੈਡੀ ਤੋਂ ਤਾਂ ਖੋਚ ਤੂੰ ਰਹਿ ਕੋਈ ਨਹੀਂ ਪ੍ਰੋਟੈਕਸ਼ਨ ਹੈਗਾ। ਹੁਣ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਤੋਂ, ਕੀ ਮੰਗ ਕਰਦੇ? ਸਾਡਾ ਕੱਟਮਾਰ ਡੈਡੀ ਕਿੱਦਾਂ ਕਰਦਾ ਹੁੰਦਾ ਸੀਗਾ ਦੇਖੋ, ਕੀ ਕਿੰਨੀ ਕੱਟਮਾਰ ਕਰਦਾ ਹੁੰਦਾ ਸੀਗਾ, ਨਹੀਂ ਉਹਨੇ ਕਿੱਦਾਂ ਪਾਏ ਨੇ ਆਹ ਦੇਖੋ, ਆਹ ਲੜਦਾ ਹੁੰਦਾ ਸੀਗਾ, ਆਹ ਮੰਮੀ ਨੂੰ ਘਰੋਂ ਬਾਹਰ ਕੱਢਦਾ ਸੀਗਾ। ਇਹਨਾਂ ਦੀ ਕੋਈ ਫੋਟੋ ਹੈਗੀ ਆ? ਹਾਂ ਕਿੰਨੇ ਕੁੱਟਾਂ ਮਾਰਾਂ ਕੀਤੀਆਂ, ਫਿਰ ਸਾਡੇ ਕੁਛ ਨਹੀਂ ਐਕਸ਼ਨ ਕੀਤਾ। ਸਾਡੇ ਫਾਦਰ ਸਾਹਿਬ ਦੀ ਕੋਈ ਫੋਟੋ ਹੈਗੀ ਆ ਦਿਖਾ ਸਕਦੇ? ਹਾਂ ਉਹਦੀ ਖੜੀ ਸੀ, ਆਹ ਦੇਖੋ ਉਹ ਖੜੀ ਆ, ਇਹ ਕਿੱਦਾਂ ਕਹਿੰਦੇ ਸਾਡਾ ਰਿਲੇਸ਼ਨ ਨਹੀਂ ਹੈਗੇ, ਤੁਹਾਡੇ ਫਾਦਰ ਤੁਹਾਡੇ ਨਾਲ ਨਹੀਂ ਰਹੇ ਇੰਨੇ ਟਾਈਮ ਤੋਂ?
खर्चा पानी दिंदे आरोप लाए जा रहे मदर से कि उन्होंने कितने गलत संबंध है किसी होर नाल, लेकिन अज तुम देखा कि उन्होंने वालों जब अपने फादर साहब रंगे हाथों इतने फड़िया गया सब्जी की रेहड़ी से तुम देख सकते हो, यही वो सब्जी की दुकान है जिथे कि उन्होंने अपने फादर साहब नूं रंगे हाथों फड़िया। उन्होंने दसिया कि जब उन्होंने उन्होंने फड़िया तो उन्होंने फादर साहब वालों हथों पाई की गई, जी उन्होंने लेडी सी उन्होंने वालों भी हथों पाई की गई, जिद जदों जान लगी तो उन्होंने उन्होंने जी कुड़ी की जी मदर हैगी जे उन्होंने वाइफ सके उन्होंने वालों जोड़ा उन्होंने सूट फड़िया जिद सूट फट गया। कुड़ी का कहना कि उन्होंने ढेड़ उन्होंने फादर साहब ने बड़े ज़्यादा मुक्के मारे आ जिन्ह करके उन्होंने ढेड़ से बहुत ज़्यादा पेन हो रही है। और काफ़ी देर तो बाद हूँ जी इतने लेडीज़ पुलिस पहुंची है, अंदर गलबात चल रही है, देखते हैं इस मामले का की होंगे। साढ़े ना इस तरीके बने रहो, असं तुम्हें दिखा रहे हैं कि यह स्कूटरी आ, लेकिन तुम देख सकते हो कि पंजाब पुलिस तो जेडे कि रिटायर हो चुके हैं, लेकिन फिर भी जोड़ा स्टीकर है स्कूटरी से इसी तरीके लगा हुआ। असं कैमरामैन कहोंगे तुम स्टीकर जोड़ा दिखाया जाए कि स्कूटरी के हले भी स्टीकर आ रिटायरमेंट ही तो बाद भी, तो बाकी वही स्कूटरी है और यह स्कूटरी इन्हों के फादर साहब की है या उस लेडीज़ की आ, यह भी असी तुम दसांगे। तुम देख सकते हो कि लेडीज़ पुलिस पहुँच गई है मौके पर, जेड़े उन्होंने जी लेडीज़ आ जिन्हों के कपड़े फटे थे जेडे उन्होंने फादर के नाल सके उन्होंने हले इतने ले जाया जा रहा, बाकी असी तुम दिखाने लाइव तस्वीर के बीच की हो रहा है इस मामले का। जिदा कि हुणी तुसीं देखिया कि लेडीज़ पुलिस इतने मौके पर पहुंची है, तो लेडीज़ नूं लिजाया जा रहा, लेकिन जिहड़ियां मावां तीआं उह गड्डी दे मूहरे आ गए खड़ियां हो गईआं। उन्हां दा कहना कि इन्हां नूं इन्हां दा चेहरा दिखाया जावे, उन्हां दा बहुत रोष जताया जा रहा कि पुलिस जिहड़े प्रशासन वल्लों इन्हां नूं दड़ा दिता जाऊगा भेज दिता जाऊगा, क्योंकि कई बार इस नूं लै के उह कंप्लेंट कर चुके हैं, लेकिन कदी भी एसी दी सुनवाई नहीं हुई। दोस्तों इसी तरीके नाल साडे नाल बने रहो, देखते रहो, असीं तुहानूं दिखावांगे कि इस मसले का की हल होया। निडरता और सच्चाई दे नाल देश दुनिया दीआं तमाम खबरां देखण लई अपने इस चैनल सब्सक्राइब करो, बैल बटन दबाओ। कैमरामैन दीपक कुमार के नाल मैं सुनील कुमार जलंधर कैंट रामा मंडी तो।